ਮੰਦਿਰ ਬਣ ਗਿਆ। ਮਨ ਚ ਜਨੂੰਨ ਹੀ ਕਿ ਜਾਣਾ ਜਾਣਾ, ਪਰਮਾਤਮਾ ਨੇ ਚਾਹਿਆ ਤੇ ਜਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਵਾਂਗੇ। ਕੋਈ ਦਿੱਕਤ ਨਹੀਂ, ਘਰ ਘਰਦਿਆਂ ਨੇ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ। ਬਸ ਪਾਪਾ ਨੇ ਕਿਹਾ ਸੀ ਮੈਨੂੰ, ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ, ਠੰਡ ਬਹੁਤ ਆ। ਬੜੇ ਹੀ ਲੰਬੇ ਅਰਸੇ ਤੋਂ ਬਾਅਦ ਸਮੂਹ ਭਾਰਤ ਵਾਸੀਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਨੇ, ਕਿਉਂਕਿ ਕਰੀਬ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਆਪਣੀ ਨਗਰੀ ਵਿੱਚ ਵਾਪਸ ਆ ਰਹੇ ਨੇ ਅਤੇ ਦਰਜਨਾਂ ਹੀ ਸ਼ਰਧਾਲੂ ਸ਼੍ਰੀ ਰਾਮ ਦਰਬਾਰ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਸੱਦਾ ਭੇਜਿਆ। ਇੱਥੇ ਵੀ ਦੱਸ ਦਈਏ ਕਿ ਜਿਨ੍ਹਾਂ ਵਿੱਚੋਂ ਇੱਕ ਬਟਾਲੇ ਦਾ ਨੌਜਵਾਨ ਹੈ ਨਿਤਿਨ ਭਾਟੀਆ, ਉਹ ਵੀ ਰਾਮ ਭਗਤ ਹੈ, ਜਿਸ ਨੂੰ ਜਹਾਜ਼ ਰੂਪੀ ਸਾਈਕਲ 'ਤੇ ਜਾਣ ਦਾ ਮੌਕਾ ਮਿਲਿਆ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਦੇ ਨਾਲ 1115 ਕਿਲੋਮੀਟਰ ਦੀ ਦੂਰੀ ਤੋਂ 15 ਤੋਂ 20 ਦਿਨਾਂ ਦੇ ਵਿੱਚ ਤੈਅ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦੀ ਨਗਰੀ ਅਯੋਧਿਆ ਪਹੁੰਚੇਗਾ ਅਤੇ ਨਤਮਸਤਕ ਹੋਵੇਗਾ। ਇਸ ਦੌਰਾਨ ਉਹਨਾਂ ਇਸ ਮਾਮਲੇ 'ਚ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਰਾਮ ਰਾਮ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਿਤਿਨ ਭਾਟੀਆ ਜੀ। ਦੇਖੋ ਜੀ, ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਹੈ, ਕੁਛ ਗੂਗਲ 'ਤੇ ਸਰਚ ਮਾਰਿਆ ਇੰਨਾ ਸੀ, ਅਤੇ ਇਹ ਕਿ ਮੇਰਾ ਬੇਟਾ ਨਹੀਂ ਠੀਕ ਰਹਿੰਦਾ, ਅਤੇ ਸਭ ਤੋਂ ਵੱਡੀ ਕੋਸ਼ਿਸ਼ ਇਹੀ ਕਿ ਆਪਣਾ ਮੰਦਿਰ ਬਣ ਗਿਆ, ਮਨ 'ਚ ਜਨੂੰਨ ਹੀ ਕਿ ਜਾਣਾ। ਹਾਂਜੀ, ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ, ਅਤੇ ਕੱਲ੍ਹ ਇਹਦੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ। ਹਾਂਜੀ ਹਾਂਜੀ, ਉਹ ਤਾਂ ਹੈ ਹੀ ਹੈ, ਠੰਡ ਵੀ ਬਹੁਤ ਹੈ, ਤੁਹਾਨੂੰ ਪਤਾ ਹੀ ਹੈ, ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ, 11-12 ਵੱਜ ਗਏ ਆ ਅਤੇ ਧੁੰਦ ਤੁਹਾਨੂੰ ਪਤਾ ਹੀ ਕਿੰਨੀ। ਹਾਂਜੀ, ਉਹ ਤਾਂ ਹੈ ਹੀ ਹੈ। ਦੇਖੋ ਜੀ, ਪਰਮਾਤਮਾ ਨੇ ਚਾਹਿਆ ਤਾਂ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਅਤੇ ਟਾਈਮ ਸਿਰ ਘਰ ਆ ਜਾਵਾਂਗੇ, ਠੀਕ ਹੈ ਨਾ, ਕੋਈ ਦਿੱਕਤ ਨਹੀਂ ਆਉਣੀ, ਇਹ ਮੇਰੇ ਮਨ ਦਾ ਵਿਸ਼ਵਾਸ ਹੈ। ਕੋਈ ਦਿੱਕਤ ਨਹੀਂ, ਘਰ ਘਰਦਿਆਂ ਨੇ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ। ਬਸ ਪਾਪਾ ਨੇ ਕਿਹਾ ਸੀ ਮੈਨੂੰ, ਅਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ 'ਤੇ ਚੱਲ ਜਾ, ਠੰਡ ਬਹੁਤ ਆ। ਅਤੇ ਜਦੋਂ ਕੱਲ੍ਹ ਮੈਂ ਕਿਹਾ ਚੱਲ ਮੈਂ ਨਾ ਥੋੜ੍ਹੀ ਮੁਰੰਮਤ ਵਗੈਰਾ ਕਰਾ ਕੇ ਲਿਆਉਂਦਾ, ਕੱਲ੍ਹ ਮੈਂ ਮੁਰੰਮਤ ਵਗੈਰਾ ਕਰਾ ਕੇ ਲਿਆਉਂਦੀ ਅਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ। ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ, ਸ਼ਾਮੀ 5 ਵੱਜ ਗਏ, ਅਤੇ ਮੈਂ ਆਪਣੇ ਫਾਦਰ ਸਾਹਿਬ ਨੂੰ, ਆਪਣੇ ਪਾਪਾ ਨੂੰ ਕਿਹਾ ਕਿ ਮੈਂ ਜਾ ਰਿਹਾ ਵਾ, ਅਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ, ਉਹਨੇ ਕਿਹਾ ਜਾ ਬੇਟਾ, ਪਰ ਇਹ ਹੈ ਗਰਮ ਕੱਪੜੇ ਲੈ ਜਾਈ ਅਤੇ ਧਿਆਨ ਲੈ ਜਾਈ, ਫੋਨ ਕਰਦਾ ਰਿਹਾ। ਮੈਂ ਤਾਂ ਕਿਹਾ ਸੀ ਕਿ ਮਹੀਨੇ ਬਾਅਦ ਚੱਲ ਜਾਇਓ, ਥੋੜ੍ਹੀ ਠੰਡ ਘਟੇਗੀ, ਅਤੇ ਕਠਿਨ ਤਾਂ ਹੈ ਸਾਈਕਲ 'ਤੇ ਜਾਣਾ, ਧੁੰਦ ਵੀ ਬੜੀ ਪੈਂਦੀ ਹੈ, ਅਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ 'ਤੇ ਹੀ ਜਾਣਾ। ਮੈਂ ਕਿਹਾ ਸੀ ਥੋੜ੍ਹੀ ਜਾਂ ਟ੍ਰੇਨ 'ਤੇ ਚੱਲ ਜਾਓ ਜਾਂ ਬੱਸ 'ਚ ਚੱਲ ਜਾਓ, ਅਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ 'ਤੇ ਜਾਣਾ, ਇਹਨਾਂ ਦੀ ਇੱਛਾ ਸੀ। ਫਿਰ ਸਾਨੂੰ ਇੰਨਾ 'ਚ ਖੁਸ਼ੀ, ਇੰਨੀ 'ਚ ਹੀ ਖੁਸ਼ੀ ਹੈ ਕਿ ਇਹ ਮਨ 'ਚ ਕਹਿੰਦੇ ਨੇ ਕਿ ਸਾਈਕਲ 'ਤੇ ਜਾਣਾ, ਅਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫ਼ਰ ਰਹੇ।